ਪਾਥੀਆਂ ਚ ਬੜੀ ਤੇਜ਼ ਰਫ਼ਤਾਰ ਕਾਰ ਫੇਰ ਦਰਖਤ ਦੇ ਨਾਲ ਜਾ ਕੇ ਟਕਰਾਉਂਦੀ ਹੈ। ਦੇਖੋ ਕੀ ਹੋਇਆ ਗੱਡੀ ਦਾ ਹਾਲ। ਲੋਕਾਂ ਨੂੰ ਅਪੀਲ ਹੈ ਨਿਊਜ਼ 18 ਪੰਜਾਬ ਦੇ ਵੱਲੋਂ, ਜੇਕਰ ਸੜਕ ਤੇ ਚੱਲ ਰਹੇ ਹੋ ਤਾਂ ਧਿਆਨ ਨਾਲ ਚੱਲੋ, ਹੌਲੀ ਰਫ਼ਤਾਰ ਦੇ ਨਾਲ ਚੱਲੋ। ਇੰਨੀ ਵੀ ਤੇਜ਼ੀ ਕੀ ਹੋਈ ਕਿ ਐਡਾ ਵੱਡਾ ਹਾਦਸਾ ਹੋ ਗਿਆ। ਬਾਅਦ ਦੇ ਵਿੱਚ ਪਛਤਾਉਣ ਤੋਂ ਇਲਾਵਾ ਕੁਝ ਨਹੀਂ ਰਹਿ ਜਾਂਦਾ। ਤਾਂ ਗੁਰਦਾਸਪੁਰ ਦੇ ਨਬੀਪੁਰ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਨਬੀਪੁਰ ਬਾਈਪਾਸ ਦੇ ਨੇੜੇ ਇੱਕ ਟਰੱਕ ਨੂੰ ਓਵਰਟੇਕ ਕਰਨ ਸਮੇਂ ਇਹ ਹਾਦਸਾ ਵਾਪਰਿਆ। ਟਰੱਕ ਜਾ ਰਿਹਾ ਸੀ ਆਪਣੀ ਰਫ਼ਤਾਰ ਦੇ ਨਾਲ, ਉਸਨੇ ਗੱਡੀ ਦੇ ਵਿੱਚ 4 ਨੌਜਵਾਨ ਸਵਾਰ ਸਨ। ਚਾਰਾਂ ਨੂੰ ਇਹ ਹੋਇਆ ਕਿ ਟਰੱਕ ਨੂੰ ਕ੍ਰੋਸ ਕਰਕੇ ਅਸੀਂ ਅੱਗੇ ਵਧੀਏ, ਤਾਂ ਜਿਵੇਂ ਹੀ ਟਰੱਕ ਨੂੰ ਓਵਰਟੇਕ ਕਰਨ ਲੱਗਦੇ ਨੇ ਬੈਲੈਂਸ ਵਿਗੜਦਾ ਹੈ, ਸਿੱਧਾ ਜਾ ਕੇ ਫਿਰ ਪਾਥੀਆਂ 'ਚ ਵੜਦੀ ਹੈ ਗੱਡੀ। ਫਿਰ ਉਸ ਤੋਂ ਬਾਅਦ ਗੱਡੀ ਇੰਨੀ ਵਾਰ ਪਲਟੇ ਖਾਂਦੀ ਹੈ, ਸਿੱਧਾ ਜਾ ਕੇ ਦਰਖਤ 'ਚ ਵੱਜਦੀ ਹੈ। ਪੂਰੀ ਗੱਡੀ ਅੱਗਿਓਂ ਖਤਮ ਹੋ ਗਈ ਹੈ। ਪਹਿਚਾਣ ਨਹੀਂ ਸਕਦੇ ਤੁਸੀਂ ਕਿ ਗੱਡੀ ਹੈ ਕਿਹੜੀ, ਕਿਹੜੀ ਕੰਪਨੀ ਦੀ ਹੈ, ਕਿਹੜਾ ਮਾਡਲ ਹੈ ਗੱਡੀ ਦਾ। ਜਿਹੜੇ ਅੰਦਰ ਨੌਜਵਾਨ ਸਵਾਰ ਸਨ ਉਹ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ। ਤਾਂ ਲੋਕਾਂ ਨੂੰ ਅਪੀਲ ਹੈ ਕਿ ਆਰਾਮ ਦੇ ਨਾਲ ਗੱਡੀ ਚਲਾਇਆ ਕਰੋ। ਤੇਜ਼ ਰਫ਼ਤਾਰ ਮੌਤ ਦਾ ਕਾਰਨ ਬਣ ਸਕਦੀ ਹੈ, ਹੋਰ ਜ਼ਖਮੀ ਹੋ ਸਕਦੇ ਨੇ, ਤੁਹਾਡੇ ਤੋਂ ਕਿਸੇ ਹੋਰ ਨੂੰ ਸੱਟਾਂ ਪਹੁੰਚਾਈਆਂ ਜਾ ਸਕਦੀਆਂ ਨੇ, ਤੁਹਾਡੇ ਆਪ ਦੇ ਸੱਟ ਲੱਗ ਸਕਦੀ ਹੈ। ਤਾਂ ਕਰਕੇ ਜੇਕਰ ਗੱਡੀ ਚਲਾਉਣੇ ਹੋ, ਤੇਜ਼ ਚਲਾਉਣੀ ਵੀ ਹੈ, ਤਾਂ ਸਪੀਡ ਲਿਮਿਟ ਦੇ ਅੰਦਰ ਰਹਿ ਰਹੇ ਕਿ ਚਲਾਓ। ਓਵਰਟੇਕ ਕਰਨ ਦੀ ਕੋਈ ਕਾਹਲ ਨਹੀਂ ਹੁੰਦੀ, ਕਿਉਂਕਿ 5 ਮਿੰਟ ਦੀ ਦੇਰੀ ਠੀਕ ਰਹਿੰਦੀ ਹੈ। 5 ਮਿੰਟ ਪਹਿਲਾਂ ਪਹੁੰਚਣ ਨਾਲ ਕੋਈ ਕਿਸੇ ਨੇ ਤਮਗਾ ਨਹੀਂ ਦੇ ਦੇਣਾ ਤੁਹਾਨੂੰ। ਤਾਂ ਕਰਕੇ ਅਪੀਲ ਹੈ ਲੋਕਾਂ ਨੂੰ ਕਿ ਆਰਾਮ ਦੇ ਨਾਲ ਗੱਡੀ ਚਲਾਇਆ ਕਰੋ। ਤੁਹਾਡੇ ਨਿਆਣੇ, ਤੁਹਾਡੇ ਪਰਿਵਾਰ ਘਰੇ ਇੰਤਜ਼ਾਰ ਕਰ ਰਹੇ ਹੁੰਦੇ ਨੇ। ਪਾਥੀਆਂ 'ਚ ਬੜੀ ਤੇਜ਼ ਰਫ਼ਤਾਰ ਕਾਰ ਫੇਰ ਦਰਖਤ ਦੇ ਨਾਲ ਜਾ ਕੇ ਟਕਰਾਉਂਦੀ ਹੈ। ਦੇਖੋ ਕੀ ਹੋਇਆ ਗੱਡੀ ਦਾ ਹਾਲ। ਲੋਕਾਂ ਨੂੰ ਅਪੀਲ ਹੈ ਨਿਊਜ਼ 18 ਪੰਜਾਬ ਦੇ ਵੱਲੋਂ, ਜੇਕਰ ਸੜਕ ਤੇ ਚੱਲ ਰਹੇ ਹੋ ਤਾਂ ਧਿਆਨ ਨਾਲ ਚੱਲੋ, ਹੌਲੀ ਰਫ਼ਤਾਰ ਦੇ ਨਾਲ ਚੱਲੋ। ਇੰਨੀ ਵੀ ਤੇਜ਼ੀ ਕੀ ਹੋਈ ਕਿ ਐਡਾ ਵੱਡਾ ਹਾਦਸਾ ਹੋ ਗਿਆ। ਬਾਅਦ ਦੇ ਵਿੱਚ ਪਛਤਾਉਣ ਤੋਂ ਇਲਾਵਾ ਕੁਝ ਨਹੀਂ ਰਹਿ ਜਾਂਦਾ। ਤਾਂ ਗੁਰਦਾਸਪੁਰ ਦੇ ਨਬੀਪੁਰ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਨਬੀਪੁਰ ਬਾਈਪਾਸ ਦੇ ਨੇੜੇ ਇੱਕ ਟਰੱਕ ਨੂੰ ਓਵਰਟੇਕ ਕਰਨ ਸਮੇਂ ਇਹ ਹਾਦਸਾ ਵਾਪਰਿਆ। ਟਰੱਕ ਜਾ ਰਿਹਾ ਸੀ ਆਪਣੀ ਰਫ਼ਤਾਰ ਦੇ ਨਾਲ, ਉਸਨੇ ਗੱਡੀ ਦੇ ਵਿੱਚ 4 ਨੌਜਵਾਨ ਸਵਾਰ ਸਨ। ਚਾਰਾਂ ਨੂੰ ਇਹ ਹੋਇਆ ਕਿ ਟਰੱਕ ਨੂੰ ਕ੍ਰੋਸ ਕਰਕੇ ਅਸੀਂ ਅੱਗੇ ਵਧੀਏ, ਤਾਂ ਜਿਵੇਂ ਹੀ ਟਰੱਕ ਨੂੰ ਓਵਰਟੇਕ ਕਰਨ ਲੱਗਦੇ ਨੇ ਬੈਲੈਂਸ ਵਿਗੜਦਾ ਹੈ, ਸਿੱਧਾ ਜਾ ਕੇ ਫਿਰ ਪਾਥੀਆਂ 'ਚ ਵੜਦੀ ਹੈ ਗੱਡੀ। ਫਿਰ ਉਸ ਤੋਂ ਬਾਅਦ ਗੱਡੀ ਇੰਨੀ ਵਾਰ ਪਲਟੇ ਖਾਂਦੀ ਹੈ, ਸਿੱਧਾ ਜਾ ਕੇ ਦਰਖਤ 'ਚ ਵੱਜਦੀ ਹੈ। ਪੂਰੀ ਗੱਡੀ ਅੱਗਿਓਂ ਖਤਮ ਹੋ ਗਈ ਹੈ। ਪਹਿਚਾਣ ਨਹੀਂ ਸਕਦੇ ਤੁਸੀਂ ਕਿ ਗੱਡੀ ਹੈ ਕਿਹੜੀ, ਕਿਹੜੀ ਕੰਪਨੀ ਦੀ ਹੈ, ਕਿਹੜਾ ਮਾਡਲ ਹੈ ਗੱਡੀ ਦਾ। ਜਿਹੜੇ ਅੰਦਰ ਨੌਜਵਾਨ ਸਵਾਰ ਸਨ ਉਹ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ। ਤਾਂ ਲੋਕਾਂ ਨੂੰ ਅਪੀਲ ਹੈ ਕਿ ਆਰਾਮ ਦੇ ਨਾਲ ਗੱਡੀ ਚਲਾਇਆ ਕਰੋ। ਤੇਜ਼ ਰਫ਼ਤਾਰ ਮੌਤ ਦਾ ਕਾਰਨ ਬਣ ਸਕਦੀ ਹੈ, ਹੋਰ ਜ਼ਖਮੀ ਹੋ ਸਕਦੇ ਨੇ, ਤੁਹਾਡੇ ਤੋਂ ਕਿਸੇ ਹੋਰ ਨੂੰ ਸੱਟਾਂ ਪਹੁੰਚਾਈਆਂ ਜਾ ਸਕਦੀਆਂ ਨੇ, ਤੁਹਾਡੇ ਆਪ ਦੇ ਸੱਟ ਲੱਗ ਸਕਦੀ ਹੈ। ਤਾਂ ਕਰਕੇ ਜੇਕਰ ਗੱਡੀ ਚਲਾਉਣੇ ਹੋ, ਤੇਜ਼ ਚਲਾਉਣੀ ਵੀ ਹੈ, ਤਾਂ ਸਪੀਡ ਲਿਮਿਟ ਦੇ ਅੰਦਰ ਰਹਿ ਰਹੇ ਕਿ ਚਲਾਓ। ਓਵਰਟੇਕ ਕਰਨ ਦੀ ਕੋਈ ਕਾਹਲ ਨਹੀਂ ਹੁੰਦੀ, ਕਿਉਂਕਿ 5 ਮਿੰਟ ਦੀ ਦੇਰੀ ਠੀਕ ਰਹਿੰਦੀ ਹੈ। 5 ਮਿੰਟ ਪਹਿਲਾਂ ਪਹੁੰਚਣ ਨਾਲ ਕੋਈ ਕਿਸੇ ਨੇ ਤਮਗਾ ਨਹੀਂ ਦੇ ਦੇਣਾ ਤੁਹਾਨੂੰ। ਤਾਂ ਕਰਕੇ ਅਪੀਲ ਹੈ ਲੋਕਾਂ ਨੂੰ ਕਿ ਆਰਾਮ ਦੇ ਨਾਲ ਗੱਡੀ ਚਲਾਇਆ ਕਰੋ। ਤੁਹਾਡੇ ਨਿਆਣੇ, ਤੁਹਾਡੇ ਪਰਿਵਾਰ ਘਰੇ ਇੰਤਜ਼ਾਰ ਕਰ ਰਹੇ ਹੁੰਦੇ ਨੇ।